ਐਟਮਾਂ ਵਾਲਾ ਸੁੱਖ ਰਤੀਆ ਡਰਦਾ ਚੰਡੀਗੜ੍ਹ ਨਹੀਂ ਆ ਰਿਹਾ ਕਿਉਂਕਿ ਮਨਜੀਤ ਕੌਰ ਸ਼ੇਰਨੀ ਬਣ ਕੇ ਚੰਡੀਗੜ੍ਹ ਵਿੱਚ ਘੁੰਮ ਰਹੀ ਹੈ ਤੇ ਲਾਈਵ ਆ ਕੇ ਮਨਜੀਤ ਕੌਰ ਨੇ ਕਿਹਾ ਕਿ ਜਿੱਤਰ ਚ ਹਿੰਮਤ ਹੈ ਤੇ ਚੰਡੀਗੜ੍ਹ ਆ ਕੇ ਵਿਖਾ। ਦਰਅਸਲ ਟੈਟੂਆਂ ਵਾਲੇ ਸੁੱਖ ਰਤੀਆ ਨੇ ਇੱਕ ਸਟੋਰੀ ਪਾਈ ਸੀ ਤੇ ਕਿਹਾ ਸੀ ਕਿ ਜੋ ਵੀ ਮੇਰੇ ਬਾਰੇ ਮਾੜਾ ਚੰਗਾ ਬੋਲ ਰਹੇ ਨੇ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ। ਤੇ ਟੈਟੂਆਂ ਵਾਲਾ ਮੁੰਡਾ ਖੁਦ ਦਾ ਨਾਮ ਲੈ ਕੇ ਕਹਿੰਦਾ ਕਿ ਮੇਰਾ ਨਾਮ ਹੀ ਇੱਕ ਬ੍ਰਾਂਡ ਹੈ ਤਾਂ ਸੁੱਖ ਰਤੀਆ ਨੂੰ ਜਵਾਬ ਦਿੰਦੇ ਹੋਏ ਮਨਜੀਤ ਕੌਰ ਲਾਈਵ ਆਉਂਦੇ ਨੇ ਤੇ ਲਾਈਵ ਆ ਕੇ ਕਹਿੰਦੇ ਨੇ ਕਿ ਜਿੱਤਰ ਚ ਹਿੰਮਤ ਹੈ ਤਾਂ ਚੰਡੀਗੜ੍ਹ ਆ ਕੇ ਵਿਖਾ ਤੇ ਜੋ ਬੋਲਣਾ ਮੇਰੇ ਸਾਹਮਣੇ ਆ ਕੇ ਬੋਲ ਫਿਰ ਤੈਨੂੰ ਦੱਸਾਂ ਕੀ ਆਹ ਜੇ ਸਾਲਿਆ ਤੇਰੇ 'ਚ ਇੰਨਾ ਜ਼ੋਰ ਆ ਫਿਰ ਚੰਡੀਗੜ੍ਹ ਆ ਕੇ ਮਿਲਦਾ ਕਿਉਂ ਨਹੀਂ ਆਪਦੀ ਮਾਂ ਨੂੰ ਹੈਨਾ। ਉੱਥੇ ਦੋਸਤੋ ਸੁੱਖ ਰਤੀਆ ਹੁਣ ਇੱਕ ਨਵੀਂ ਕੁੜੀ ਨਾਲ ਘੁੰਮ ਰਹੀ ਹੈ ਤਾਂ ਮਨਜੀਤ ਕੌਰ ਉਹਦੇ ਬਾਰੇ 'ਚ ਵੀ ਬੋਲੇ ਨੇ। ਮਨਜੀਤ ਕੌਰ ਕਹਿੰਦੇ ਨੇ ਕਿ ਤੂੰ ਇਹਦੇ ਨਾਲ ਵੀ ਬਾਕੀਆਂ ਵਰਗੀ ਕਰਨੀ ਹੈ, ਮਹੀਨਾ ਡੇਢ ਘੁੰਮੇਗਾ ਫਿਰ ਤੂੰ ਇਹਨੂੰ ਵੀ ਛੱਡ ਦੇਗਾ। ਮਨਜੀਤ ਕੌਰ ਕਹਿੰਦੇ ਨੇ ਕਿ ਜੇ ਸੁੱਖ ਰਤੀਆ ਤੇਰੇ 'ਚ ਹਿੰਮਤ ਹੈ ਤਾਂ ਮੇਰੇ ਮੂੰਹ ਤੇ ਗੱਲ ਕਰ, ਪਰ ਮੈਨੂੰ ਪਤਾ ਕਿ ਤੇਰੇ ਵਿੱਚ ਹਿੰਮਤ ਨਹੀਂ, ਤੂੰ ਤਾਂ ਚੂੜੀਆਂ ਪਾ ਕੇ ਬੈਠੀ ਹੈ। ਤੇ ਮਨਜੀਤ ਕੌਰ ਕਹਿੰਦੇ ਨੇ ਕਿ ਮੇਰੇ ਵੀਰ ਭਰਾ ਮੇਰੇ ਨਾਲ ਖੜੇ ਨੇ ਤੇ ਜੇ ਤੇਰੇ 'ਚ ਹਿੰਮਤ ਹੈ ਤਾਂ ਤੂੰ ਚੰਡੀਗੜ੍ਹ ਆ ਕੇ ਮੈਨੂੰ ਮਿਲ। ਦੋਸਤੋ ਮਨਜੀਤ ਕੌਰ ਦੀ ਸਪੋਰਟ ਲਈ ਤੁਸੀਂ ਵੀ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ। ਵਧੀਆ ਰਹੇਗਾ, ਬਚ ਜਾ ਜੇ ਤੇਰੇ 'ਚ ਇੰਨਾ ਦਮ ਆ ਨਾ, ਇੱਕ ਵਾਰ ਮੇਰੇ ਨਾਲ ਗੱਲ ਕਰ ਲਾ, ਚੱਲ ਲਾਈਵ 'ਚ ਹੀ ਆ ਕੇ ਗੱਲ ਕਰ ਲਾ।